रक्षाबंधन के त्यौहार को लेकर जहां पूरे देश में बहनों में भारी उत्साह है, इसी को लेकर लुधियाना से पूर्व पार्षद सरदार गुरदीप सिंह नीटू की ओर से अपने घर पर आज सफाई सेवकों को बुलाकर उनसे राखी बनवाकर रक्षाबंधन का त्यौहार मनाया गया। वहीं उन्होंने द्वारा बातचीत करते हुए बताया गया कि सफाई सेवकों जो कि समाज में अपनी बहुत बड़ी सेवा निभा रहे हैं, उनसे राखी का त्यौहार मनाने में उन्हें बहुत बड़ी खुशी मिलती है। और वहीं माननीय मुख्यमंत्री और प्रधानमंत्री जी से निवेदन भी किया गया कि इन सफाई सेवक जो कि बहुत ही मेहनत का काम करते हैं, उनकी तनख्वाह में भी बढ़ोतरी करनी चाहिए। वहीं सफाई सेवकों की ओर से भी राखी के त्यौहार पर बातचीत करते हुए कहा गया कि सरदार गुरदीप सिंह नीटू की ओर से उन्हें हर साल अपने घर पर बुलाकर राखी बंधवाकर इसी तरह प्यार और सत्कार दिया जाता है। जनसभा एक्स्ट्रा टीवी के लिए लुधियाना से जसविंदर सिंह की रिपोर्ट। हाँ जी चाची, की कहना चाहोगे? अज रखड़ी का त्यौहार तुसीं मनाया, मैं किसी नूं नहीं देखिया, यानी कि सफाई कर्मचारी अगर रखड़ी बनाते, मैं पहली बार देख रहा। देखो अज सब तो पहले तो रक्षाबंधन का त्यौहार है, मैं सारिया भैणा नूं बहुत बहुत वधाई देना और कामना करना कि जिहड़ियां मेरियां भैणां ने ਉਹ ਰਾਜੀ ਖੁਸ਼ੀ ਆਪਣੇ ਆਪਣੇ ਘਰਾਂ ਦੇ ਵਿੱਚ ਰਹਿਣ, ਆਪਣੇ ਬੱਚਿਆਂ ਨੂੰ ਦੇਖ ਰੇਖ ਕਰਨ। ਅੱਜ ਮੈਂ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਮੇਰੇ ਇਲਾਕੇ ਦੀਆਂ ਸਫਾਈ ਸੇਵਕਾਂ ਜਿਹੜੀਆਂ ਨੇ ਹਮੇਸ਼ਾ ਹੀ, ਯਾਨੀ ਕਿ ਜਦੋਂ ਵੀ ਰੱਖੜੀ ਦਾ ਤਿਆਰ ਆਉਂਦਾ ਜਾਂ ਕੋਈ ਹੋਰ ਵੀ ਤਿਆਰ ਆਉਂਦਾ, ਅਤੇ ਮੈਂ ਆਪਣੀ ਖੁਸ਼ੀ ਇਸ ਗੱਲ ਦੇ ਵਿੱਚ ਹੀ ਮਹਿਸੂਸ ਕਰਦਾ ਵਾਂ ਕਿ ਵੀ ਇਹ ਜਿਹੜੇ ਸਾਡੇ ਘਰਾਂ ਦੇ ਵਿੱਚੋਂ ਕੂੜਾ ਲਿਜਾ ਕੇ ਅਤੇ ਇਹ ਬਾਹਰ ਸੁੱਟਦੇ ਆ, ਅਸੀਂ ਸੁੱਤੇ ਹੁੰਦੇ ਹਾਂ, ਪਰ ਮੈਂ ਸਮਝਦਾ ਕਿ ਇਹਨਾਂ ਭੈਣਾਂ ਦੀ ਜਿਹੜੀ ਬਦੌਲਤ ਜਿਹੜੇ ਆ ਅਸੀਂ ਲੋਕ ਜਿਹੜੇ ਆ ਸਾਰੇ ਆਨੰਦ ਮਾਣਦੇ ਹਾਂ। ਕਿਉਂਕਿ ਜਦੋਂ ਐਡਾ ਵੱਡਾ ਏਰੀਆ ਹੋਵੇ, ਉਹਦੇ ਵਿੱਚ ਇਹ ਭੈਣਾਂ ਅਤੇ ਮੇਰੇ ਵੀਰ ਜਿਹੜੇ ਕੰਮ ਕਰਦੇ ਹੋਣ, ਅਤੇ ਮੱਲਾ ਇੱਕਦਮ ਸਾਫ਼ ਸੁਥਰਾ ਹੋਵੇ, ਤਾਂ ਸ਼ਾਬਾਸ਼ੀ ਇਹਨਾਂ ਦੀ ਹੁੰਦੀ ਹੈ। ਇਹਨਾਂ ਦੀ ਸ਼ਾਬਾਸ਼ੀ ਦੇ ਨਾਲ ਜਿਹੜੀ ਹੈ ਇਲਾਕੇ ਦੇ ਜਿਹੜੇ ਸਿਰਮੌਰ ਹੁੰਦੇ ਆ, ਕੋਈ ਕੌਂਸਲਰ ਹੁੰਦੇ ਆ ਜਾਂ ਕੋਈ MLA ਹੁੰਦੇ ਆ, ਉਹਨਾਂ ਦੀ ਵੀ ਇਹੀ ਗੱਲ ਹੁੰਦੀ ਹੈ। ਅੱਜ ਕੋਈ ਇਹ ਰਾਜਨੀਤਿਕ ਵਾਲਾ ਤਿਉਹਾਰ ਨਹੀਂ ਹੈ, ਅੱਜ ਉਹ ਭੈਣਾਂ ਨੂੰ ਪਿਆਰ ਮਨਾਉਣ ਵਾਸਤੇ ਅਤੇ ਪਿਆਰ ਲੈਣ ਵਾਸਤੇ ਇਹ ਤਿਉਹਾਰ ਹੈ। ਇਸ ਤਿਉਹਾਰ ਦੇ ਵਿੱਚ ਮੈਂ ਆਪਣੇ ਮਾਣਯੋਗ ਕਮਿਸ਼ਨਰ ਸਾਹਿਬ ਨੂੰ ਅਤੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਵਨ ਸਿੰਘ ਮਾਨ ਜੀ ਨੂੰ, ਸ਼੍ਰੀ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ, ਜਿਨ੍ਹਾਂ ਨੇ ਹਮੇਸ਼ਾ ਹੀ ਮੈਂ ਦੇਖਿਆ ਕਿ ਆਪਣੀ ਭੈਣਾਂ ਦੀ ਰੱਖਿਆ ਦੇ ਲਈ ਹਮੇਸ਼ਾ ਕੰਮ ਕਰਦੇ ਆ, ਅਤੇ ਮੈਂ ਅੱਜ ਕਹਿਣਾ ਚਾਹੁੰਦਾ, ਮੈਸੇਜ ਦੇਣਾ ਚਾਹੁੰਦਾ ਮਾਣਯੋਗ ਕਮਿਸ਼ਨਰ ਸਾਹਿਬ ਨੂੰ ਅਤੇ ਸ਼੍ਰੀ ਭਗਵੰਤ ਮਾਨ ਜੀ ਨੂੰ ਕਿ ਇਹਨਾਂ ਦੀ ਜਿਹੜੀ ਤਨਖਾਹ ਹੈ ਉਹ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ। ਕਿਉਂਕਿ ਮੈਂ ਸਮਝਦਾ ਕਿ ਆਮ ਜਿਹੜੇ ਕੋਈ ਟੀਚਰ ਨੇ ਜਾਂ ਹੋਰ ਹੈ, ਉਹਨਾਂ ਦੀ ਤਨਖਾਹ ਵੀ ਜਿਹੜੀ ਹੈ ਘੱਟ ਹੈ, ਅਤੇ ਇਹਨਾਂ ਦੀ ਤਨਖਾਹ ਉਹਨਾਂ ਦਾ ਵੀ ਘੱਟ ਹੈ, ਔਰ ਇਹਨਾਂ ਦਾ ਕੰਮ ਜ਼ਿਆਦਾ, ਅਤੇ ਇਹਨਾਂ ਨੂੰ ਜਿਹੜੇ ਕਈ ਜਿਹੜੇ ਮੇਰੇ ਸਫਾਈ ਸੇਵਕਾਂ ਸੇਵਕ ਜਿਹੜੇ ਮੇਰੇ ਵੀਰ ਜਾਂ ਮੇਰੀਆਂ ਭੈਣਾਂ ਜਿਹੜੇ ਪੱਕੇ ਨਹੀਂ ਹੋਏ, ਉਹਨਾਂ ਨੂੰ ਜਲਦੀ ਤੋਂ ਜਲਦੀ ਪੱਕੇ ਕਰਨਾ ਚਾਹੀਦਾ। ਔਰ ਸਫਾਈ ਵਿਵਸਥਾ ਜਿਹੜੀ ਹੈ ਰੱਖਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਔਰ ਦੂਸਰੀ ਗੱਲ ਹੈ ਕਿ ਕਈ ਅਸਾਮੀਆਂ ਖਾਲੀ ਪਈਆਂ ਨੇ ਮਾਣਯੋਗ ਕਮਿਸ਼ਨਰ ਸਾਹਿਬ, ਔਰ ਜਿਹੜੀਆਂ ਅਸਾਮੀ ਖਾਲੀ ਪਈਆਂ ਨੇ, ਕਿਸੇ ਦੇ ਪਤੀ ਦੀ ਡੈਥ ਹੋ ਗਈ, ਕਿਸੇ ਦੀ ਪਤਨੀ ਦੀ ਡੈਥ ਹੋ ਗਈ, ਉਹਦੀ ਜਗ੍ਹਾ ਜਾਂ ਉਹਦੀ ਬੇਟੀ ਜਾਂ ਬੇਟਾ ਜਾਂ ਉਹਦੀ ਧਰਮ ਪਤਨੀ ਕੰਮ ਕਰੇਗੀ, ਅਤੇ ਮੈਂ ਸਮਝਦਾ ਕਿ ਇਹ ਸ਼ੋਭਾ ਵਧੇਗੀ। ਅੱਜ ਅੱਠ ਅੱਠ ਨੌਂ ਨੌਂ ਮਹੀਨੇ ਹੋ ਗਏ ਆ ਅਤੇ ਡੈਥਾਂ ਹੋਇਆਂ ਨੂੰ, ਪਰ ਐਪਲੀਕੇਸ਼ਨਾਂ ਦੇਣ ਤੋਂ ਬਾਅਦ ਵੀ ਇਹਨਾਂ ਦੇ ਜਿਹੜੇ ਕਾਰਜ ਆ ਉਹ ਨਹੀਂ ਸੰਭਰਦੇ, ਔਰ ਕਈ ਤਾਂ ਮੇਰੀਆਂ ਭੈਣਾਂ ਬਿਲਕੁਲ ਬਿਨਾਂ ਤਨਖਾਹ ਤੋਂ ਹੀ ਆਪਣੇ ਇਲਾਕੇ ਦੇ ਵਿੱਚ ਜਿਹੜਾ ਉਹਨਾਂ ਦੇ ਪਤੀ ਦਾ ਇਲਾਕਾ ਸੀਗਾ ਉਹਦੇ ਵਿੱਚ ਸਫਾਈ ਰੱਖਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ।
ਔਰ ਅੱਜ ਇਸ ਮੌਕੇ ਦੇ ਉੱਪਰ ਮੈਂ ਉਹਨਾਂ ਭੈਣਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜਿਹੜੀਆਂ ਮੇਰੇ ਇਲਾਕੇ ਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ ਕੰਮ ਕਰਦੀਆਂ ਨੇ ਅਤੇ ਆਪਾਂ ਜਿੱਥੇ ਆਪਣਾ ਇਲਾਕਾ ਸੁੰਦਰ ਬਣਾਉਣਾ ਉੱਥੇ ਪੰਜਾਬ ਉੱਥੇ ਦੇਸ਼ ਵੀ ਆਪਾਂ ਸੁਰੱਖਿਅਤ ਰੱਖਣਾ। ਅੱਜ ਦੇ ਇਸ ਮੌਕੇ ਦੇ ਉੱਤੇ ਬਹੁਤ ਬਹੁਤ ਵਧਾਈ ਦਿੰਦਾ। ਜੈ ਹਿੰਦ, ਜੈ ਭਾਰਤ। ਕੀ ਕਹਿਣਾ ਚਾਹੋਗੇ ਅੱਜ ਜੋ ਹਰ ਵਾਰੀ ਸਾਨੂੰ ਸਾਲ ਬਾਅਦ ਹਰ ਸਾਲ ਸਾਨੂੰ ਰੱਖੜੀ ਤੇ ਬੁਲਾਉਂਦੇ ਆ, ਸਾਡਾ ਮਾਨ ਸਨਮਾਨ ਬਣਾਉਂਦੇ ਆ। ਇਹ ਤਿਉਹਾਰ ਕੋਈ ਨਹੀਂ ਸਾਡੇ ਨਾਲ ਇੱਦਾਂ ਮਨਾਉਂਦਾ ਜਿੱਦਾਂ ਇਹ ਮਨਾਉਂਦੇ ਆ। ਹਾਂਜੀ, ਸਾਨੂੰ ਪਿਆਰ ਨਾਲ ਇਹ ਹਰ ਵਾਰੀ ਰੱਖੜੀ ਤੇ ਬੁਲਾਉਂਦੇ ਆ, ਸਾਡਾ ਇੱਜ਼ਤ ਮਾਣ ਕਰਦੇ ਆ। ਅਸੀਂ ਵੀ ਪਹਿਲਾਂ ਇਹਨਾਂ ਦੇ ਰੱਖੜੀ ਬੰਨਣ ਆਉਂਦੇ ਆ, ਬਾਅਦ 'ਚੋਂ ਆਪਣੇ ਘਰਦਿਆਂ ਦੇ ਬੰਨਦੇ। ਕਿੱਦਾਂ ਲੱਗਦਾ ਤੁਹਾਨੂੰ? ਬਹੁਤ ਅੱਛਾ ਲੱਗਦਾ। ਅਸੀਂ ਚਾਹੁੰਦੇ ਹਾਂ ਇਹਨਾਂ ਨੂੰ ਰੱਬ ਚੰਗੀ ਸਿਹਤ ਦੇਵੇ, ਇਹਨਾਂ ਦੇ ਕੰਮ ਕਾਰ ਇਹਨਾਂ ਨੂੰ ਖੁਸ਼ੀਆਂ ਨਾਲ ਬਲੈਸ ਕਰੇ। ਹਾਂਜੀ, ਕੀ ਕਹਿਣਾ ਚਾਹੋਗੇ? ਅੱਜ ਰੱਖੜੀ ਦਾ ਤਿਉਹਾਰ ਆ, ਜਿੱਦਾਂ ਤੁਸੀਂ ਕੌਂਸਲ ਸਾਹਿਬ ਦੇ ਲੱਕੜੀ ਮੰਨੀ ਹੈ, ਕਿਸ ਤਰ੍ਹਾਂ ਲੱਗਿਆ? ਅਸੀਂ ਹਰ ਸਾਲ ਆਉਂਦੇ ਇਹਨਾਂ ਦੇ ਘਰੇ, ਔਰ ਸਾਨੂੰ ਬੁਲਾਉਂਦੇ ਆ, ਮਾਣ ਸਨਮਾਨ ਕਰਦੇ ਆ, ਸਾਡੀ ਬਹੁਤ ਇੱਜ਼ਤ ਕਰਦੇ ਆ। ਸਾਨੂੰ ਕੋਈ ਇੰਨਾ ਮਾਣ ਸਨਮਾਨ ਨਹੀਂ ਦਿੰਦਾ ਜਿੰਨੇ ਇਹ ਦਿੰਦੇ ਆ। ਅਸੀਂ ਬਹੁਤ ਅੱਛੀ ਚੀਜ਼ ਹੈ। ਕਿੱਦਾਂ ਦਾ ਲੱਗ ਰਿਹਾ ਅੱਜ? ਅੱਛਾ ਲੱਗ ਰਿਹਾ। ਹੋਰਾਂ ਨੂੰ ਕੀ ਕਹਿਣਾ ਚਾਹੋਗੇ? ਬਾਕੀਆਂ ਨੂੰ ਵੀ ਇੱਦਾਂ ਹੀ ਕਰਨੇ ਚਾਹੀਦਾ, ਜਿੱਦਾਂ ਇਹ ਕਰਦੇ ਆ। ਇਹਨਾਂ ਨੂੰ ਚੰਗੀ ਸਿਹਤ ਦੇਵੇ।